संगरूर से जीते गुरमीत सिंह मीत ने मनाया विश्व पर्यावरण दिवस। संगरूर से गुरमीत सिंह मीत हेयर को बड़ी लीड मिलने के बाद विधायक नरेंद्र कौर ब्राज ने बड़े पैमाने पर पौधे रोपकर लोगों का शुक्रिया अदा किया। विधायक नरेंद्र कौर ब्राज ने कहा कि सभी लोग लड्डू बांटकर या ढोल बजाकर जश्न मनाते हैं, लेकिन आज मैं पर्यावरण दिवस पर पौधे लगाकर लोगों को धन्यवाद कर रही हूँ और लोगों को अपने आसपास के वातावरण को हरा भरा बनाने का संदेश दे रही हूँ। उन्होंने कहा, संगरूर की जनता ने पंजाब सरकार के हमारे 2 साल के काम को देखकर बड़े प्यार से हमें वोट दिया है और अन्य पार्टियों के मुकाबले संगरूर लोकसभा चुनाव में बड़ी बढ़त के साथ जीत हासिल कर गुरमीत सिंह मीत हेयर को दिल्ली भेजा है। वोट मांगने के लिए लोगों के पास जाते हैं, लेकिन जब हम जीत गए तो अब हम लोगों का धन्यवाद देने के लिए उनके दरवाजे पर जा रहे हैं और आज पर्यावरण दिवस पर हम लोगों को पौधे बांट रहे हैं और ये भी संदेश दे रहे हैं कि ये हमारे लिए कितना महत्वपूर्ण है। पर्यावरण को बचाने के लिए पौधे और पेड़ लगाएं। ਮੇਰੇ ਸਾਹਿਬ ਅੱਜ ਬੂਟੇ ਵੰਡੇ ਜਾ ਰਹੇ ਨੇ। ਧੰਨਵਾਦ ਦੌਰਾ ਹੈ ਨੂੰ ਸੰਗਰੂਰ ਦਾ ਕਹਿ ਸਕਦੇ ਹਾਂ ਕਿਉਂਕਿ ਮੀਤ ਹੈ ਦੀ ਵੱਡੀ ਮੀਤ ਦੀ ਬਿਲਕੁਲ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਰਕਾਰ ਨੇ ਜਿਹੜਾ ਪਿਛਲੇ 2 ਸਾਲਾਂ ਦੇ ਵਿੱਚ ਕੰਮ ਕੀਤੇ ਸੋ ਉਸ ਦੀ ਕਾਰਗੁਜ਼ਾਰੀ ਦੇ ਮੱਦੇਨਜ਼ਰ ਅੱਜ ਸੰਗਰੂਰ ਦੇ ਲੋਕਾਂ ਨੇ ਸਾਡੇ ਭਰਾ ਗੁਰਮੀਤ ਸਿੰਘ ਮੀਤ ਪੌਣੇ 2 ਲੱਖ ਦੀ ਲੀਡ ਦੇ ਨਾਲ ਜਿਹੜਾ ਫਤਵੇ ਦੇ ਨਾਲ ਸੰਗਰੂਰ ਤੋਂ ਜਿਹੜਾ ਜਿਤਾਇਆ ਹੈਗਾ। ਸੋ ਸੰਗਰੂਰ ਦੇ ਲੋਕਾਂ ਦਾ, ਵੋਟਰਾਂ ਦਾ, ਸਾਡੇ ਸਾਰੇ ਪਾਰਟੀ ਵਰਕਰਾਂ ਦਾ ਧੰਨਵਾਦ ਸ਼ਬਦ ਉਹਨਾਂ ਲਈ ਬੜਾ ਛੋਟਾ ਰਹਿ ਜਾਂਦਾ। ਔਰ ਜਿੱਥੇ ਅੱਜ ਸਾਰੇ ਜਿਹੜੇ ਖੁਸ਼ੀ ਮਨਾਈ ਜਾ ਰਹੀ ਹੈ ਉੱਥੇ ਅੱਜ ਦਾ ਦਿਨ, ਕਿਉਂਕਿ ਵਾਤਾਵਰਨ ਦਿਵਸ ਹੈ। ਸੋ ਅੱਜ ਦੁਨੀਆਂ ਦੇ ਵਿੱਚ ਇਹ ਪੂਜਣਾ ਮਨਾਇਆ ਜਾ ਰਿਹਾ। ਸੋ ਸਾਡੀ ਟੀਮ ਦੀ ਸਾਰਿਆਂ ਦੀ ਜਿਹੜੀ ਆਈਡੀਆ ਸੀ, ਇਹ ਧੰਨਵਾਦ ਦੇ ਰੂਪ ਦੇ ਵਿੱਚ ਜਾਂ ਲਾ ਲਓ ਕਿ ਖੁਸ਼ੀ ਦੇ ਵਿੱਚ ਲੱਡੂ ਵੰਡਣ ਦੀ ਜਗ੍ਹਾ ਦੇ ਉੱਤੇ ਜਿਹੜੇ ਅੱਜ ਬੂਟੇ ਨੇ ਜਿਹੜੇ ਅਸੀਂ ਉਹਨਾਂ ਨੂੰ ਵੰਡਣ ਦੀ ਜਿਹੜੀ ਪਹਿਲ ਕੀਤੀ ਹੈ, ਕਿਉਂਕਿ ਅੱਜ ਜਿਹੜਾ ਸਾਡਾ ਸਾਰਾ ਮੁਲਕ ਹੈ ਅਸੀਂ ਦੇਖ ਰਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਅਸੀਂ ਇੱਕ ਹੀਟ ਵੇਵ ਦੇ ਵਿੱਚ ਜਿਹੜੇ ਅਸੀਂ ਨਿਕਲ ਰਹੇ ਸੀ 47-48 ਡਿਗਰੀ ਟੈਂਪਰੇਚਰ ਦੇ ਵਿੱਚ ਅਸੀਂ ਸਾਰਿਆਂ ਨੇ ਕੈਂਪੇਨ ਵੀ ਕੀਤੀ ਹੈ। ਸੋ ਉਸ ਤੋਂ ਬਾਅਦ ਅਸੀਂ ਰਲ ਮਿਲ ਕੇ ਹੁਣ ਅਸੀਂ ਚਾਹੁੰਦੇ ਹਾਂ ਕਿ ਅਸੀਂ ਹੰਬਲਾ ਮਾਰੀਏ, ਕਿਉਂਕਿ ਪਹਿਲਾਂ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਅਸੀਂ ਜਿਹੜੀ ਇੱਕ ਹਰਿਆਵਲ ਲਹਿਰ ਵੀ ਜਿਹੜੀ ਪੰਜਾਬ ਦੇ ਵਿੱਚ ਲਾਈ ਹੋਈ ਹੈ ਔਰ ਸੰਗਰੂਰ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਅਸੀਂ ਜਿਹੜੇ ਬੂਟੇ ਲਾ ਰਹੇ ਹਾਂ ਮਨਰੇਗਾ ਦੇ ਤਹਿਤ, ਹਰ 200 ਬੂਟੇ ਦੇ ਬਾਗਰ ਨਾਲੇ ਤਾਂ ਇੱਕ ਬੰਦੇ ਨੂੰ ਰੁਜ਼ਗਾਰ ਮਿਲ ਜਾਂਦਾ, 100 ਦਿਨ ਦੀ ਗਰੰਟੀ ਹੋ ਜਾਂਦੀ ਹੈ ਤੇ ਨਾਲੇ ਜਿਹੜੀ ਸਾਡੇ ਵਾਤਾਵਰਨ ਜਿਹੜੇ ਉਹਦੇ ਸੁਧਾਰਾਂ ਦੇ ਵੱਲ ਜਿਹੜੀ ਇੱਕ ਵੱਡੀ ਜਿਹੜੀ ਪਹਿਲ ਹੋ ਜਾਂਦੀ। ਸੋ ਉਸੇ ਪਹਿਲ ਨੂੰ ਅੱਗੇ ਵਧਾਉਂਦੇ ਹੋਏ ਅੱਜ ਜਿਹੜਾ ਧੰਨਵਾਦ ਦੇ ਰੂਪ ਦੇ ਵਿੱਚ ਲਾ ਲਓ ਜਾਂ ਖੁਸ਼ੀ ਦੇ ਵਿੱਚ ਲੱਡੂਆਂ ਦੀ ਜਗ੍ਹਾ ਦੇ ਉੱਤੇ ਅਸੀਂ ਜਿਹੜੇ ਅੱਜ ਬੂਟੇ ਜਿਹੜੇ ਐਮ ਐਲ ਏ ਸਾਹਿਬ, ਇਹ ਨਿਵੇਕਲਾ ਧੰਨਵਾਦ ਹੈ ਕਿਉਂਕਿ ਆਮ ਤੌਰ 'ਤੇ ਦੇਖਿਆ ਜਾਂਦਾ ਧੰਨਵਾਦ ਕਰਨ ਲਈ ਲੱਡੂ ਵੰਡੇ ਜਾਂਦੇ ਨੇ, ਮਠਾਈਆਂ ਵੰਡੀ ਜਾਂਦੀਆਂ ਨੇ, ਢੋਲ ਵਜਾਏ ਜਾਂਦੇ ਨੇ, ਲੇਕਿਨ ਉਹਦੀ ਥਾਂ 'ਤੇ ਵਾਤਾਵਰਨ ਨੂੰ ਹੋਰ ਚੰਗਾ ਕਰਨ ਲਈ ਬੂਟੇ ਵੰਡੇ ਜਾ ਰਹੇ ਨੇ। ਹਾਂ ਬਿਲਕੁਲ, ਦੇਖੋ ਕਿਉਂਕਿ ਇਹ ਜ਼ਰੂਰੀ ਹੈ ਔਰ ਅਸੀਂ ਇਸ ਜਿਹੜੀ ਮੌਸਮ ਨੂੰ ਅਸੀਂ ਜਿਹੜੇ ਪਿਛਲੇ ਦਿਨ ਜਿਹੜੀ ਹੀਟ ਵੇਵ ਨੂੰ ਅਸੀਂ ਸਾਰਿਆਂ ਨੇ ਦੇਖਿਆ, ਬੱਚਿਆਂ ਦਾ, ਬਜ਼ੁਰਗਾਂ ਦਾ ਜਿਹੜਾ ਘਰਾਂ 'ਚੋਂ ਨਿਕਲਣਾ ਜਿਹੜਾ ਬਹੁਤ ਔਖਾ ਹੋਇਆ ਪਿਆ ਔਰ ਇਹ ਹੈ ਕਲਾਈਮੇਟ ਚੇਂਜ ਹੈ ਵਰਲਡ ਲੈਵਲ 'ਤੇ ਹੀ ਹੈ, ਪਰ ਇਹਦੀ ਸ਼ੁਰੂਆਤ ਹਰ ਇੱਕ ਨੂੰ ਆਪਣਾ ਜਿਹੜਾ ਫਰਜ਼ ਸਮਝਦੇ ਹੋਏ ਸਰਕਾਰਾਂ ਵੀ ਆਪਣਾ ਰੋਲ ਅਦਾ ਕਰ ਰਹੀਆਂ ਨੇ ਔਰ ਕਰਨਾ ਵੀ ਚਾਹੀਦਾ ਤੇ ਲੋਕਾਂ ਨੂੰ ਵੀ ਜਿਹੜਾ ਆਪਣਾ ਬਣਦਾ ਜੋੜਦਾ। गोपी कृष्ण हॉस्पिटल चिकित्सा के क्षेत्र में मथुरा का अग्रणी हॉस्पिटल एवं पहला टेस्ट ट्यूब बेबी सेंटर है। IVF में 70% सफलता, स्त्री रोग विभाग में हाई रिस्क डिलीवरी, सिजेरियन ऑपरेशन, हिस्टेक्टोमी आदि बेहद अनुभवी एवं क्वालिफाइड लेडी डॉक्टरों द्वारा किए जाते हैं। हड्डी रोग विभाग की एडवांस यूनिट जहां पर जोड़ प्रत्यारोपण यानी कि घुटना रिप्लेसमेंट, कूल्हा रिप्लेसमेंट, रीढ़ की हड्डी के ऑपरेशन एवं फ्रैक्चर होने पर प्लास्टर, सरिया या प्लेटिंग आदि की सर्जरी की जाती है। हर प्रकार की जनरल सर्जरी एवं दूरबीन विधि से हर प्रकार के लैप्रोस्कोपिक ऑपरेशन, बच्चों के हर प्रकार के रोगों का इलाज हॉस्पिटल NABH से मान्यता प्राप्त है। मॉड्यूलर OT एवं हाईटेक मशीनों से फिजियोथेरेपी, एम्स दिल्ली एवं CMC बेल्योर द्वारा सर्टिफाइड पैथोलॉजी। गोपी कृष्ण हॉस्पिटल में आयुष्मान कार्ड, ESI कार्ड, BSNL के कार्ड, रेलवे के कर्मचारियों के कैशलेस इलाज की सुविधा, लगभग सभी इंश्योरेंस कंपनियां एवं TPI कार्ड धारकों को कैशलेस इलाज की सुविधा।